ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਔਮਨਸ ਡੇ ਤੇ ਅੱਜ ਤੁਸੀਂ ਮੇਰੇ ਕੋਲ ਲਾਏ ਹੋ ਔਮਨਸ ਡੇ ਦੇ ਬਾਰੇ ਕੁਝ ਖਾਸ ਪੁੱਛਣ ਜਾਂ ਗੱਲ ਕਰਨ ਲਈ ਮੈਂ ਕੈਪਟਨ ਸਾਹਿਬ ਲਈ ਬੜੀ ਧੰਨਵਾਦੀਆਂ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਵਾਰੀ 50% ਰਿਜ਼ਰਵੇਸ਼ਨ ਜਿਹੜੀ ਉਹਨਾਂ ਨੇ ਔਰਤਾਂ ਦੇ ਲਈ ਰੱਖੀ ਸੀ ਉਹਦੇ ਵਿੱਚ ਜਿਹੜੇ ਵੀ ਸਾਨੂੰ ਮੌਕੇ ਮਿਲੇ ਹੈ ਜਾਂ ਔਰਤਾਂ ਨੂੰ ਇੱਕ ਅਧਿਕਾਰ ਚਾਹੀਦੇ ਹੈ ਉਹਨਾਂ ਨੂੰ ਉਹਨਾਂ ਨੇ ਫੇਵਰਟ ਚ ਰੱਖ ਕੇ ਉਹਨਾਂ ਨੇ ਸੋਚ ਕੇ ਇਹ ਬਹੁਤ ਵੱਡਾ ਫੈਸਲਾ ਲਿਆ ਮੈਂ ਸਮਝਾਂਗੀ ਕਿ ਇਹ ਜਿਹੜਾ ਫੈਸਲਾ ਲਿਆ ਉਹ ਸਾਡੇ ਲਈ ਔਮਨਸ ਗਿਫਟ ਆ ਇੱਕ ਬਹੁਤ ਵੱਡਾ ਸਾਡਾ ਗਿਫਟ ਮਿਲੇ ਮੈਂ ਸੁਰੇਖਾ ਔਮਨ ਡੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਔਮਨ ਡੇ ਤੇ ਇਹੀ ਕਹਿਣਾ ਚਾਹੁੰਦੀ ਹਾਂ ਕਿ ਅੱਜ ਕੱਲ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਵੀ ਪਾਸੋਂ ਘੱਟ ਨਹੀਂ ਹੈਗੀਆਂ ਭਾਵੇਂ ਉਹ ਪਾਇਲਟ ਹੋਵੇ ਭਾਵੇਂ ਉਹ ਦਸਰੀ ਕੰਮ ਹੋਵੇ ਹਰ ਇੱਕ ਵਿਭਾਗ ਦੇ ਵਿੱਚ ਕੁੜੀਆਂ ਜਿਹੜੀਆਂ ਹਰ ਪਾਸੋਂ ਅੱਗੇ ਹੈਗੀਆਂ ਐਜੂਕੇਸ਼ਨ ਦੇ ਵਿੱਚ ਅੱਗੇ ਹੈਗੀਆਂ ਜਾਂ ਹੋਰ ਕੋਈ ਵੀ ਕੰਮ ਹੈ ਭਾਵੇਂ ਪੁਲਿਸ ਡਿਪਾਰਟਮੈਂਟ ਹੈ ਜਿਹੜਾ ਵੀ ਡਿਪਾਰਟਮੈਂਟ ਹੈ ਮਤਲਬ ਕੁੜੀਆਂ ਨੂੰ ਚਾਹੀਦਾ ਹੈ ਕਿ ਉਹ ਹੋਰ ਅੱਗੇ ਵੱਧ ਕੇ ਦਸਣ ਤਾਂ ਜੋ ਆਉਣ ਵਾਲੇ ਟਾਈਮ 'ਚ ਕੁੜੀਆਂ ਦੀ ਹੋਰ ਤਰੱਕੀ ਹੋਵੇ ਮੇਰੀ ਜ਼ਿੰਦਗੀ ਦਾ ਸਫ਼ਰ ਜਿਹੜਾ ਬਹੁਤ ਹੀ ਜਿੰਨੂੰ ਕਹਲੋ ਜੋਖਮ ਭਰੇ ਰਹੇ ਹੈ ਸ਼ੁਰੂ ਤੋਂ ਹੀ 15 ਸਾਲ ਦੀ ਉਮਰ ਦੇ ਵਿੱਚ ਮੇਰਾ ਵਿਆਹ ਹੋ ਗਿਆ ਸੀ ਉਸ ਤੋਂ ਬਾਅਦ ਸ਼ਰਾਬੀ ਮਿਲ ਗਿਆ ਘਰ ਵਾਲਾ ਜੀਠ ਇੱਕ ਮੈਂਟਲ ਸੀ ਨਾ ਮੈਂਟਲ ਸੀ ਬਸ ਜਦੋਂ ਜਾਇਦ ਦੀ ਜ਼ਿੰਦਗੀ ਚੱਲੀ ਜਾਣ ਲਈ ਹਜੇ ਤੱਕ ਵੀ ਐਂਬੂਲੈਂਸ ਦਾ ਸਫ਼ਰ ਮਤਲਬ ਕਿ ਦੁਨੀਆ ਹਰ ਕੋਈ ਕੰਮ ਕਰਦੀ ਆ ਮੈਂ ਆਪਣੀ ਮਾਂ ਨੂੰ ਲੈ ਕੇ ਆਂਦੀ ਸੀ ਜਲੰਧਰ ਕਪੂਰਥਲੇ ਤੋਂ ਜਲੰਧਰ ਲੈ ਕੇ ਆਂਦੀ ਸੀ ਤੇ ਮੈਨੂੰ ਐਂਬੂਲੈਂਸ ਲਾਣੀ ਬਹੁਤ ਵਧੀਆ ਲੱਗਦੀ ਸੀ ਉਸ ਵੇਲੇ ਸ਼ੌਂਕ ਸੀ ਅੱਜ ਮੇਰੀ ਮਜਬੂਰੀ ਆ ਮੈਂ ਸ਼ਾਸਕੰਦਰ ਪ੍ਰਧਾਨ ਮਿਸ ਅੰਜੂ ਲੂੰਬਾ ਮੈਂ ਅਜੇ ਹੀ ਕਹਿਣਾ ਚਾਹਨੀ ਆ ਕਿ ਲੇਡੀਜ਼ ਕਮਜ਼ੋਰ ਨਹੀਂ ਹੈਗੀ ਅੱਜ ਔਰਮਨ ਡੇ ਆ ਇਹ ਔਰਮਨ ਡੇ ਇਸ ਲਈ ਮਨਾਇਆ ਜਾ ਰਿਹਾ ਕਿ ਸਾਨੂੰ ਅਵੇਅਰ ਕੀਤਾ ਜਾਏ ਕਿ ਲੇਡੀਜ਼ ਕਮਜ਼ੋਰ ਨਹੀਂ ਹੈਗੀ ਔਰ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ ਬੇਟੀਆਂ ਨੂੰ ਪੜਾਓ ਲਿਖਾਓ ਤੇ ਉਹਨਾਂ ਨੂੰ ਇਸ ਕਾਬਿਲ ਬਣਾਓ ਕਿ ਆਪਣੇ ਪੈਰਾਂ ਤੇ ਸਟੈਂਡ ਹੋ ਕੇ ਹਰ ਪਾਸੇ ਆਪਣੇ ਗਰਦਸ਼ ਦਿਖਾਣ ਇਹਦਾ ਨਾਲੇ ਡਰਨ ਦੀ ਕੋਈ ਗੱਲ ਨਹੀਂ ਹੁੰਦੀ ਡਰਦੇ ਅਸੀਂ ਲੋਕੀ ਹੈਗੇ ਆਂ ਕਿਉਂ ਡਰੀਏ ਜੇ ਅਸੀਂ ਗਲਤ ਨਹੀਂ ਅਸੀਂ ਡਰਨਾ ਵੀ ਨਹੀਂ ਹੈਗਾ ਤੇ 8 ਮੈਂਡੇ ਦੇ ਦਿਨ ਇਹੀ ਜੈ ਭਾਰਤ ਜੈ ਮਹਾਨ जय हिंदुस्तान और जय लेडीज हर साल दी तरह ही अंतरराष्ट्रीय दिवस वुमेन्स ਦਾ ਜਿਹੜਾ 8 ਮਾਰਚ ਨੂੰ ਮਨਾਇਆ ਜਾਂਦਾ ਹੈ ਇਹਦੇ ਵਿੱਚ ਸਾਰੀਆਂ ਜਿਹੜੀਆਂ ਲੇਡੀਆਂ ਹੈ ਭੇਦ ਭਾਵ ਦੀ ਭਾਵਨਾ ਨੂੰ ਖਤਮ ਕਰਦੀਆਂ ਹੋਈਆਂ ਇੱਕ ਜਾਤ ਪਾਤ ਦੀ ਭਾਵਨਾ ਨੂੰ ਖਤਮ ਕਰਦੇ ਹੋਏ ਇਕੱਠੇ ਮਨਾਉਂਦੀਆਂ ਨੇ ਸਮਾਨਤਾ ਦਾ ਅਧਿਕਾਰ ਹੈ ਜਿਹੜਾ ਲੇਡੀਜ਼ ਲਈ ਇਸ ਕਰਕੇ ਮਨਾਇਆ ਜਾਂਦਾ ਹੈ और इस बारी प्रोग्रेस ਉਹ ਪ੍ਰੈਸ ਟੂ ਪ੍ਰੋਗਰੈਸ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਸ ਸਾਲ ਦਾ ਉਹਨਾਂ ਨੇ ਲਾਂਚ ਕੀਤਾ ਹੈ ਕਿ ਲੇਡੀਜ਼ ਨੂੰ ਉਹਨਾਂ ਦੇ ਅਧਿਕਾਰਾਂ ਦੇ ਉੱਪਰ ਦੱਸਣਾ ਦੇ ਬਾਰੇ ਦੇ ਵਿੱਚ ਕਿਹਾ ਗਿਆ ਹੈ ਔਰ ਲੇਡੀਜ਼ ਨੂੰ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਜਿਸ ਤਰ੍ਹਾਂ ਕੋਮਲ ਹੈ ਕਮਜ਼ੋਰ ਨਹੀਂ ਸ਼ਕਤੀ ਦਾ ਨਾਮ ਹੀ ਨਾਰੀ ਹੈ ਲੇਡੀਜ਼ ਦੇ ਵਿੱਚ ਹੀ ਔਰਤ ਦੇ ਵਿੱਚ ਹੀ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਆਪਣੇ ਅਕੋਰਡਿੰਗ ਚਲਾ ਸਕਦੀ ਹੈ ਮਾਤਾ ਲਗਾ ਲੋ ਚਾਂਸੀ ਦੀ ਰਾਣੀ ਲਗਾ ਲੋ 인ਦਰਾ ਗਾਂਧੀ ਲਗਾ ਲੋ ਸਾਰਿਆਂ ਨੇ ਹੀ ਜਿਹੜੀਆਂ ਲੇਡੀਜ਼ ਹੀ ਸੀ ਔਰ ਇਹਨਾਂ ਨੇ ਆਪਣੇ ਅਕੋਰਡਿੰਗ ਹੀ ਜਿਹੜੀਆਂ ਲੇਡੀਜ਼ ਦੇ ਅਧਿਕਾਰਾਂ ਨੂੰ ਦੇਖਦਿਆਂ ਹੋਇਆਂ ਇੱਕ ਮਿਸਾਲ ਕਾਇਮ ਕੀਤੀ ਹੈ ਜਲੰਧਰ ਦੇ ਵਿੱਚ ਸਾਡੇ ਦੀਪਿਕਾ ਜੀ ਨੇ ACP ਉਹ ਵੀ ਲੇਡੀਜ਼ ਦੇ ਲਈ ਇੱਕ ਮਿਸਾਲ ਨੇ ਔਰ ਅੱਜ ਅਸੀਂ ਅੰਤਰਰਾਸ਼ਟਰੀ ਦਿਵਸ ਵੂਮਨਸ ਡੇ ਹੈ ਜਿਹੜਾ ਉਹ ਸੈਲੀਬ੍ਰੇਟ ਕਰ ਰਹੇ ਹਾਂ ਅਖਿਲ ਭਾਰਤੀ ਹਿਊਮਨ ਰਾਈਟਸ ਦੇ ਵੱਲੋਂ ਔਰ 51 ਲੇਡੀਜ਼ ਨੂੰ ਅਸੀਂ ਇੱਥੇ ਨਾਮਿਨੇਟ ਕਰਾਂਗੇ ਔ ਤਮਾਂਗੇ ਸੋ ਸਾਰਿਆਂ ਲੇਡੀਜ਼ ਨੂੰ ਸਲੂਟ ਹੈ ਕਿਉਂਕਿ ਜਿਹੜੀਆਂ ਔਰਤ ਹੀ ਇੱਕ ਮਾਂ ਦੇ ਰੂਪ ਚ ਹੈ ਭੈਣ ਦੇ ਰੂਪ ਦੇ ਵਿੱਚ ਹੈ ਔਰ ਈਸ਼ਵਰ ਨੇ ਆਪਣੇ ਆਪਣੇ ਤੋਂ ਉੱਪਰ ਵੀ ਮਾਂ ਦਾ ਦਰਜਾ ਦਿੱਤਾ ਹੋਇਆ ਸੋ ਜਿਹਦੇ ਘਰ ਦੇ ਵਿੱਚ ਲੇਡੀਜ਼ ਦੀ ਔਰਤ ਦੀ ਕਦਰ ਹੁੰਦੀ ਹੈ ਉੱਥੇ ਪਰਮਾਤਮਾ ਦਾ ਆਵਾਸ ਹੁੰਦਾ ਸੋ ਸਾਰਿਆਂ ਨੂੰ ਵਾਂਸ ਅਗੇਨ ਹੈਪੀ ਊਮਨਸ ਡੇ